ਮਜ਼ਦੂਰਾਂ ਵਿੱਚ ਸਾਹਮਣੇ ਆਈ ਮਰਡਰ ਮਿਸਟਰੀ। ਗੰਨੇ ਦੇ ਖੇਤਾਂ ਚੋਂ ਮਿਲੀ ਔਰਤ ਦੀ ਲਾਸ਼। ਹੁਸ਼ਿਆਰਪੁਰ ਦੇ ਕਸਬਾ ਦਸੂਹਾ ਦੇ ਨਾਂ ਲੱਗਦੇ ਪਿੰਡ ਬੇਰਸ਼ਾਹ ਤੋਂ ਜਿੱਥੇ ਬੀਤੀ ਦਿਨੀ ਖੇਤਾਂ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲਣ ਕਾਰਨ ਇਲਾਕੇ ਦੇ ਲੋਕਾਂ ਵਿੱਚ ਸਨਸਨੀ ਫੈਲ ਗਈ। ਮ੍ਰਿਤਕਾਂ ਦੀ ਪਹਿਚਾਣ ਹਰਜਿੰਦਰ ਕੌਰ ਪਤਨੀ ਗੋਪੀ ਚੰਦ ਵਾਸੀ ਬੇਰਸ਼ਾਹ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕਾ ਪਿਛਲੇ 2 ਦਿਨਾਂ ਤੋਂ ਲਾਪਤਾ ਸੀ, ਜਿਸ ਦੀ ਇਤਲਾਹ ਥਾਣਾ ਦਸੂਹਾ ਵਿਖੇ ਪਰਿਵਾਰ ਦੇ ਮੈਂਬਰਾਂ ਵੱਲੋਂ ਦੇ ਦਿੱਤੀ ਗਈ ਸੀ। ਕੱਲ ਸ਼ਾਮ 6 ਵਜੇ ਦੇ ਕਰੀਬ ਜਦੋਂ ਔਰਤ ਦੀ ਲਾਸ਼ ਖੇਤਾਂ ਵਿੱਚੋਂ ਮਿਲੀ ਤਾਂ ਇਲਾਕੇ ਦੇ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਉਪਰੰਤ ਥਾਣਾ ਦਸੂਹਾ ਦੇ SHO ਜਗਦੀਸ਼ ਰਾਜ ਅਤਰੀ ਨੇ ਆਪਣੀ ਪੁਲਿਸ ਪਾਰਟੀ ਨੂੰ ਲੈ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਨੂੰ ਲਾਸ਼ ਸੌਂਪ ਦਿੱਤੀ। ਪੋਸਟਮਾਰਟਮ ਦੀ ਰਿਪੋਰਟ ਆਉਣੀ ਹਜੇ ਬਾਕੀ ਹੈ। ਮ੍ਰਿਤਕਾਂ ਦੀ ਬੇਟੀ ਦੇ ਬਿਆਨਾਂ ਦੇ ਆਧਾਰ ਤੇ ਉਸਦੇ ਪਿਤਾ ਤਾਏ ਅਤੇ ਪਿੰਡ ਬੇਰਸ਼ਾਹ ਦੇ ਸਰਪੰਚ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਕੱਲ ਰਾਤ ਦੇ 8 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਖੈੜਾ ਕੋਟਲੀ ਦੇ ਗੰਨੇ ਦੇ ਖੇਤਾਂ ਦੇ ਵਿੱਚ ਕਿਸੇ ਲੇਡੀ ਦੀ ਡੈੱਡ ਬੋਡੀ ਪਈ ਹੈ, ਜੋ ਤੁਰੰਤ ਮੌਕਾ 'ਤੇ ਪਹੁੰਚ ਕੇ ਜਾਂਚ ਪੜਤਾਲ ਕੀਤੀ ਗਈ। ਜਦ ਪਹਿਲਾਂ ਲੇਡੀ ਦੀ ਸ਼ਨਾਖਤ ਨਹੀਂ ਹੋ ਸਕੀ ਤਾਂ MFSC ਜੋ ਲੇਡੀ ਨੂੰ ਚੈੱਕ ਕਰਨ 'ਤੇ ਮਰਡਰ ਦਾ ਮਾਮਲਾ ਪਾਇਆ ਗਿਆ। ਅੱਜ ਉਸ ਲੇਡੀ ਦੀ ਸ਼ਨਾਖਤ ਹੋ ਗਈ ਹੈ, ਜੋ ਪਿੰਡ ਬੇਰਸ਼ਾਹ ਦੇ ਹਰਜਿੰਦਰ ਕੌਰ ਹੈ। ਇਹਦੀ ਜਿਹੜੀ ਬੇਟੀ ਨੇ ਬਿਆਨ ਦਿੱਤਾ ਵੀ ਉਹਨੂੰ ਸ਼ੱਕ ਹੈ ਵੀ ਉਹਦੀ ਮਾਤਾ ਨੂੰ ਉਹਦੇ ਫਾਦਰ, ਉਹਦੇ ਤਾਇਆ ਅਤੇ ਜੋ ਪਿੰਡ ਦਾ ਸਰਪੰਚ ਹੈ ਉਹਨਾਂ ਤਿੰਨਾਂ ਨੇ ਰਲ ਕੇ ਸਲਾਹ ਕਰਕੇ ਮਾਰਿਆ, ਜਿਸ 'ਤੇ FIR ਦਰਜ ਕਰ ਲਈ ਹੈ ਅਤੇ ਮੁਕੱਦਮੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਦੋਸ਼ੀਆਂ ਨੂੰ ਜਲਦੀ ਅਰੈਸਟ ਕਰ ਲਿਆ। ਮੈਂ ਵਿਕਰਮਜੀਤ ਸਿੰਘ ਟਾਂਡਾ ਜੈਪੁਰ ਤੋਂ। ਮੇਰੇ ਸਿਸਟਰ ਬੋਤਲ ਬੇਰਸ਼ਾਹ ਵਿੱਚ ਵਿਆਹੀ ਹੋਈ ਸੀ ਅਤੇ ਇੱਕ ਦਿਨ ਸ਼ਾਮੀ ਜਦੋਂ ਕੰਮ ਤੋਂ ਆ ਗਏ ਅਤੇ ਮੁੜ ਕੇ ਕੰਮ ਤੋਂ ਘਰ ਨਹੀਂ ਪਹੁੰਚੀ ਹੈਗੀ। 4 ਵਜੇ ਉੱਥੋਂ ਤੁਰ ਪਈ ਸੀਗੀ, ਮਾਲਕ ਨੇ ਦੱਸਿਆ ਜੀ, ਅਤੇ ਉਹ ਘਰ ਨਹੀਂ ਪਹੁੰਚੀ ਹੈਗੀ ਅਤੇ ਮੁੜ ਕੇ ਉਹ ਤੋਂ ਬਾਅਦ 'ਚ ਆਪਾਂ ਲੱਭ ਰਹੇ, ਮੁੜ ਕੇ ਲੱਭਿਆ ਨਹੀਂ। ਦੂਸਰੇ ਦਿਨ ਵੀ ਲੱਭ ਰਹੇ, ਦੂਜੇ ਦਿਨ ਜਾ ਕੇ ਜੀਜੇ ਮੇਰੇ ਨੇ ਥਾਣੇ ਦਰਖਾਸਤ ਦਿੱਤੀ। ਜੀਜੇ ਆਪਣੇ ਨੂੰ ਮੈਂ ਪਹਿਲਾਂ ਵੀ ਕਿਹਾ ਸੀ, ਮੈਂ ਕਿਹਾ ਦਰਖਾਸਤ ਥਾਣੇ ਦੇਵਾਂਗੇ ਫਿਰ ਪਤਾ ਲੱਗਣਾ, ਉੱਦਾਂ ਨਹੀਂ ਪਤਾ ਲੱਗਣਾ ਹੈਗਾ। ਉਹ ਕਹਿੰਦਾ ਵੀ ਨਹੀਂ, ਕਹਿੰਦਾ ਇੱਦਾਂ ਨਹੀਂ, ਕਹਿੰਦਾ ਥਾਣੇ ਨਹੀਂ ਦਰਖਾਸਤ ਦੇਣੀ, ਜੇ ਕਿਸੇ ਨੂੰ ਨਹੀਂ ਦੱਸਣਾ ਹੈਗਾ ਬੇਇੱਜ਼ਤੀ ਹੋਣੀ। ਮੈਂ ਕਿਹਾ ਜਦੋਂ ਬੇਇੱਜ਼ਤੀ ਹੋ ਜਾਂਦੀ ਹੈ ਤਾਂ ਫਿਰ ਆਪਣੀ ਬੰਦੇ ਨੂੰ ਬੰਦਾ ਥੋੜ੍ਹੀ ਵਾਪਸ ਆ ਜਾਣਾ ਹੈ। ਫਿਰ ਇਸ ਕਰਕੇ ਆਪਾਂ ਦਰਖਾਸਤ ਜਾ ਕੇ ਦਿੱਤੀ। ਮੇਰੀ ਭੈਣ ਦੀ ਕੁੜੀ ਨੇ, ਲੜਕੀ ਨੇ ਜਾ ਕੇ ਉੱਥੇ ਦਰਖਾਸਤ ਦਵਾਈ, ਜਾਣ ਕੇ ਧੱਕੇ ਦੇ ਨਾਲ। ਡੈਡੀ ਦੇ ਕੋਲੋਂ ਤਾਂ ਡੈਡੀ ਦਰਖਾਸਤ ਦਿੰਦਾ ਹੀ ਨਹੀਂ ਸੀਗਾ ਜੀਜਾ ਮੇਰਾ, ਜਿਹੜਾ ਉਹ ਦਿੰਦਾ ਨਹੀਂ ਸੀਗਾ। ਅਤੇ ਮੇਰੀ ਭੈਣ ਦੀ ਕੁੜੀ ਨੇ ਧੱਕੇ ਨਾਲ ਜਾ ਕੇ ਦਰਖਾਸਤ, ਉਸ ਤੋਂ ਬਾਅਦ 'ਚ ਸਾਨੂੰ ਫੋਨ ਆਇਆ ਥਾਣੇ ਕੱਲ੍ਹ ਰਾਤ ਵੀ ਤੁਹਾਡੀ ਸਿਸਟਰ ਜਿਹੜੀ ਸੀਗੀ ਉਹ ਇੱਦਾਂ ਤਾਂ ਉੱਥੇ ਲਾਸ਼ ਪਈ ਮਿਲੀ ਹੈ। ਪੁਲਿਸੋਂ ਦਾ ਉਸ ਤੋਂ ਬਾਅਦ ਦੂਜੇ ਤੀਜੇ ਦਿਨ ਅੱਜ ਬੁੱਧਵਾਰ ਪੂਰੇ ਸੋਮਵਾਰ ਦੀ ਗਈ ਸੀ। ਮੇਰੇ ਸਿਸਟਰ ਦਾ ਨਾਮ ਸੀਗਾ ਹਰਜਿੰਦਰ ਕੌਰ ਅਤੇ ਘਰ ਵਾਲੇ ਦਾ ਨਾਮ ਸੀਗਾ ਗੋਪੀ ਸਿੰਘ, ਜੋ ਕਿ ਪਿੰਡ ਬੋਦਲ ਵਿਖੇ ਪਿਆ। ਅਤੇ ਜਿਹਨਾਂ ਨਾਲ 3-4 ਸਾਲ ਪਹਿਲਾਂ ਇਹਨਾਂ ਸਰਪੰਚ ਨੇ ਮਾਰਿਆ ਪਿੰਡ ਦੇ ਉੱਤੇ ਗੜੀ ਸਿਆ ਗਿਆ ਸੀਗਾ, ਤਾਂ ਉਹਨਾਂ ਨਾਲ ਲਾਗ ਦਵਾਈ ਸੀਗੀ, ਹੋਰ ਤਾਂ ਕਿਸੇ ਨਾਲ ਕੋਈ ਗੱਲਬਾਤ ਨਹੀਂ। ਅਤੇ ਅਸੀਂ ਉਹਨਾਂ ਦੇ ਨਾਲ ਖਾਏ ਹੋਏ ਨੇ, ਫਿਰ ਨਾਲ ਖਾਏ ਹੋਏ ਨੇ ਸਰਪੰਚ ਦਾ ਨਾਲ ਖਾਇਆ ਹੋਇਆ, ਹੋਰ ਦੇਰ ਜੇਠ ਵੀ ਹੈ। ਪਹਿਲਾਂ ਪਿੰਡ ਦੇ ਗੱਬੇ ਸਾਰਿਆਂ ਸਾਹਮਣੇ, ਸਾਰੇ ਪਿੰਡ ਦੇ ਗੱਬੇ ਘੜੀਸਿਆ ਗਿਆ। ਮੇਰੀ ਭੈਣ ਨੂੰ ਕੁੱਟਿਆ ਵੀ ਸੀਗਾ, ਮੇਰੀ ਭੈਣ ਦੀ ਕੁੜੀ ਨੂੰ ਵੀ ਕੁੱਟਿਆ ਸੀਗਾ, ਘੜੀਸਿਆ ਸੀਗਾ। ਸਾਰਾ ਪਿੰਡ ਖੜਾ ਕੋਈ ਤਮਾਸ਼ਾ ਦੇਖਦਾ ਸੀ, ਕਿਸੇ ਨੇ ਨਹੀਂ ਚੜਾਇਆ ਸ਼ੱਕ ਇਹਨਾਂ ਉੱਤੇ। ਇਹ ਹੋਰ ਤਾਂ ਕਿਸੇ ਨਾਲ ਕੋਈ ਲਾਗਤ ਪਾਈ ਨਹੀਂ, ਭੈਣ ਮੇਰੀ ਇੰਨੀ ਚੰਗੀ ਉਹ ਮਾੜੇ ਨੂੰ ਵੀ ਨਹੀਂ ਮਾੜਾ ਕਹਿੰਦੀ ਸੀਗੀ। ਉਹ ਕਹਿੰਦੀ ਜਿੰਨਾ ਮਰਜ਼ੀ ਕੋਈ ਮਾੜਾ ਕਰ ਲਵੇ, ਤੁਸੀਂ ਮਾੜਾ ਨਹੀਂ ਕਰਨਾ, ਕਿਸੇ ਮੂੰਹ 'ਚ ਮਾੜਾ ਨਹੀਂ ਕਰਨਾ। ਮੈਂ ਇਨਸਾਫ ਚਾਹੁੰਦਾ, ਜਿਹੜੇ ਜਿਹਨਾਂ ਨਾਲ ਇੱਦਾਂ ਹਲਾਤ ਕੀਤਾ ਮੇਰੀ ਭੈਣ ਦੇ ਨਾਲ, ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ। ਮੈਂ ਦਲਵਿੰਦਰ ਸਿੰਘ ਬੋਦਲ, ਪਿੰਡ ਬੋਦਲ ਛਾਉਣੀ ਦਾ ਨਿਵਾਸੀ ਹਾਂ। ਇਹ ਜਿਹੜੀ ਲਾਸ਼ ਆ
ਇਹ ਸਾਡੇ ਪਿੰਡ ਨਜ਼ਦੀਕ ਪਿੰਡ ਬੇਰਸ਼ਾ ਤੋਂ ਹਰਜਿੰਦਰ ਕੌਰ ਪਤਨੀ ਗੋਪੀ ਜਨ ਦੀ ਇਹ ਪਤਨੀ ਆ, ਪਿੰਡ ਬੇਰਸ਼ੇ ਦੀ ਵਸਨੀਕ ਹੈ, ਜਿਹਦੀ ਕੱਲ੍ਹ ਜਿਹੜੀ ਬੋਡੀ ਆ ਉਹ ਨਿਆਲਪੁਰ ਦੇ ਲਾਗਲੇ ਖੇਤਾਂ ਦੇ ਵਿੱਚੋਂ ਜਿਹੜੀ ਆ ਉਹ ਪੁਲਿਸ ਨੂੰ ਬਰਾਮਦ ਹੋਈ ਹੈ। ਮੈਂ ਇੱਥੇ ਪੋਸਟਮਾਰਟਮ ਮਤਲਬ ਕਿ ਜਿੱਥੇ ਹੋ ਰਿਹਾ ਉੱਥੇ ਨਾਲ ਆਪਣੇ ਉਹਨਾਂ ਦੇ ਇੱਥੇ ਆਇਆ ਹਾਂ ਪੋਸਟਮਾਰਟਮ। ਦਸੂਹਾ ਤੋਂ ਕੈਮਰਾ ਪਰਸਨ ਹਰਮਨ ਦੇ ਨਾਲ ਗੁਰਪ੍ਰੀਤ ਜਰੋਟਾ ਤੇ ਰਜੇਸ਼ ਕੁਮਾਰ ਦੀ ਰਿਪੋਰਟ।